ਕਰਕੇ ਜੋ ਖੁੱਟਦਾ ਰਸਤਾ ਜਿਹੜਾ ਹੈਗਾ ਏ ਸਾਹਮਣੇ ਛੱਡ ਦਿਓ ਤਾਂ ਕਿ ਆਉਣ ਜਾਣ ਦੀ ਕੋਈ ਦਿੱਕਤ ਨਾ ਹੋਏ। ਹਾਂ ਬੇਨਤੀ ਹੈ, ਲਓ ਦੋ ਸਮਾਂ ਮੈਦਾਨ ਦੇ ਵਿੱਚ ਹੁਣ ਆਪਾਂ ਗੱਲ ਕਰੀਏ ਨਾ ਪਹਿਲਵਾਨਾਂ ਦੀ। ਉਧਰ ਜਿਗਰੇ ਪੰਜਾਬੀਆਂ ਤੋਂ ਕਹਿੰਦੇ ਆਵਾ ਕਿ ਪ੍ਰੀਤ ਸਿੰਘਾਂ ਦੇ ਬਾਈ ਵਾਲਾ ਚੇਚੇ ਤੌਰ ਤੇ ਪੁੱਜ ਗਿਆ, ਕੱਲੀ ਕੱਲੀ ਗੱਲ ਕਹਿੰਦੇ ਫੇਸਬੁੱਕ ਤੇ ਕਰ ਦਿੰਦਾ, ਇਸ ਕੁਰਸੀ ਦੇ ਗੱਲ ਦੀ ਗੱਲ ਹੋ ਜਾਣੀ ਹੈ। ਉਧਰ ਦੀਪਕ ਅੰਸੂਏ ਦਾ ਕਹਿੰਦੇ ਭਰਾ ਵੀ ਪੁੱਜਿਆ ਹੋਇਆ ਉਹਨਾਂ, ਯੂਟਿਊਬ ਤੇ ਤੁਸੀਂ ਇਹ ਜਿਹੜਾ ਦੰਗਲ ਚੱਕ ਸਕਦੇ ਹੋ ਲਾਈਵ, ਲਾਈਵ ਜੀ ਕੱਲ੍ਹ ਚੱਕ ਸਕਦੇ ਆ। ਅੰਸੂ ਜੀ 1974 ਟਾਈਪ ਕਰਕੇ ਪਲੇ ਲਿਸਟ ਦੇ ਵਿੱਚ ਜਾ ਕੇ ਕੱਲੀ ਕੱਲੀ ਕੁਸ਼ਤੀ ਦਾ ਜਿਹੜਾ ਆਨੰਦ ਲੈ ਸਕਦੇ ਆ। ਰਕਬਰ ਜ਼ੋਰ ਦਾ ਲਾ ਤਾੜੀਆਂ ਧੱਕੇ ਕੁਸ਼ਤੀ ਮੈਦਾਨ ਦੇ ਵਿੱਚ, ਇੱਕ ਪਾਸੇ ਜੰਮੂ ਵਾਲਾ ਫਾਰੂਕ, ਦੂਜੇ ਪਾਸੇ ਸਮਿਤ ਅਲੀ ਲਾਜੀ ਨੇ ਦੋਨੋਂ ਗੋਡਿਆਂ ਤੇ ਨੀ ਕਪਚਾੜੇ ਆ। ਕਹਿੰਦਾ ਦੁੰਦ ਦੇ ਸਰੀਰਾਂ ਵਾਲੇ ਸੁਭਾਅ ਦੇ ਫਕੀਰਾਂ ਵਾਲੇ ਬਣ ਕੇ ਨੇ ਹੀਰੇ ਇਹ ਖੇਡ ਸੰਸਾਰ ਦੇ, ਜਾਮਾ ਨਾਲ ਵੇਖੋ ਦੁੰਦ ਦੇ ਸਰੀਰਾਂ ਨੂੰ ਸ਼ਿੰਗਾਰ ਦੇ। ਕਿਸੇ ਨੇ ਬਣਾਇਆ ਜਾ ਰਹੇ ਦੌਰੇ ਉੱਤੇ ਵਾਜਵਈ, ਪਾਟੀ ਉੱਤੇ ਮੋਰਨੀ ਦਾ ਪਹਿਲਾ ਸੀਰ ਵਾਜਵਈ, ਕਹਿਣੇ ਕੀ ਸੀ ਪੈਰੀ ਪਾਈ ਜੁੱਤੀ ਦਿੱਲੇਦਾਰ ਦੇ, ਜਾਮਾ ਨਾਲ ਵੇਖੋ ਦੁੰਦ ਦੇ ਸਰੀਰਾਂ ਨੂੰ ਸ਼ਿੰਗਾਰ ਦੇ। ਇਹ ਆ ਦੁੰਦ ਦੇ ਸਰੀਰਾਂ ਦੇ ਮਾਲਕ ਜਿਹੜੇ ਮੈਦਾਨ ਦੇ ਵਿੱਚ ਯਹ ਦਿਖਾ ਰਹੇ ਹੈ। ਅੱਗੇ ਅੱਜ ਪਤਾ ਲੱਗਣਾ ਕਿਸ਼ਨ ਪਰੇ ਦੀ ਧਰਤੀ, ਉਹ ਵੇਖੋ ਕਹਿੰਦੇ ਕਿੱਥੇ ਕਿੱਥੇ ਦੁਨੀਆ ਖੜੀ ਹੈ। ਵਾਹ ਵੀ ਵਾਹ। ਉਧਰ ਕੱਲੀ ਪੁਰਾਣਾ ਕਹਿੰਦੇ ਵਾ ਗਿਆ ਕੁਸ਼ਤੀ ਲਈ ਬਹੁਤ ਜਿੰਦ ਜਾਨ ਵਾਰਦਾ, ਹਿਮਾਚਲ ਰੈਸਲਿੰਗ ਐਸੋਸੀਏਸ਼ਨ ਦਾ ਕਰਤਾ ਧਰਤਾ ਹੀ ਉਹ ਹੈ, ਉਹ ਵੀ ਉਚੇਚੇ ਤੌਰ ਤੇ ਪੁੱਜਿਆ ਹੋਇਆ। ਅੱਗੇ ਸਾਡੇ DSP ਸਾਹਿਬ ਮੁਕੇਸ਼ ਕੁਮਾਰ ਜੀ, ਉਹ ਵੀ ਉਚੇਚੇ ਤੌਰ ਤੇ ਪੁੱਜੇ ਹੋਏ ਨੇ। ਉਧਰ ਸੰਜੂ ਮੇਰਾ ਵੀਰ ਕਹਿੰਦੇ ਛੋਟੇ ਹਾਥੀ ਵਾਲਿਆਂ ਦੀ ਯੂਨੀਅਨ ਦਾ ਪ੍ਰਧਾਨ ਹੈ ਕਿਸ਼ਨਪੁਰਾ ਪੰਚਾਇਤ ਦੇ ਵਿੱਚ, ਉਹ ਕਿਹਾ ਉਹ ਵੀ ਉਚੇਚੇ ਤੌਰ ਤੇ ਪੁੱਜਿਆ ਹੋਇਆ। ਕਹਿੰਦੇ ਛੋਟੇ ਹਾਥੀ ਵਾਲਿਆਂ ਦਾ ਦੰਗਲ ਵੀ ਚੋਟੀ ਦਾ ਦੰਗਲ ਹੁੰਦਾ, ਮਾਨਪੁਰੇ ਦੀ ਧਰਤੀ ਤੇ ਵੱਡਾ ਦੰਗਲ ਕਰਵਾਉਂਦੇ ਨੇ। ਸੰਜੂ ਮੇਰਾ ਵੀਰ ਉਚੇਚੇ ਤੌਰ ਤੇ ਪੁੱਜਿਆ ਹੋਇਆ, ਅਣਵਿੰਨੇ ਕੀ ਜਿਹਨੂੰ ਆਖਦੇ ਹੈ, ਪਰ ਕੁਸ਼ਤੀ ਕਹਿੰਦੇ ਸ਼ੁਰੂ ਹੋਈ ਹੈ, ਮੈਦਾਨ ਵਿੱਚ ਕੁਸ਼ਤੀ ਸ਼ੁਰੂ ਹੋ ਗਈ ਹੈ। ਅੱਜ ਪਤਾ ਲੱਗਣਾ ਕਹਿੰਦੇ ਚੁੰਗੀਆਂ ਹੋਈਆਂ ਬੋਲੀਆਂ ਦਾ, ਕਿ ਮੱਝਾਂ ਸਾਲ ਸਾਲ ਚੁੰਗੀਆਂ ਨੇ ਬੋਲੀਆਂ, ਮਾਂਗੇ ਕੁੱਟ ਕੁੱਟ ਕੇ ਖਵਾਈਆਂ ਮੈਨੂੰ ਚੋਰੀਆਂ, ਜਦੋਂ ਲਾਈਦਾ ਗਰਾਊਂਡ ਵਿੱਚ ਗੇੜਾ, ਐਵੇਂ ਨੀ ਤਰੀਫਾਂ ਹੁੰਦੀਆਂ ਕਿ ਨਾ ਬੋਲਦਾ ਸਪੀਕਰਾਂ ਚ ਮੇਰਾ, ਐਵੇਂ ਨੀ ਤਰੀਫਾਂ ਹੁੰਦੀਆਂ। ਉਧਰ ਕਮਲ ਮੈਡੀਕਲ ਵਾਲਾ ਵੀਰ ਪੂਰਾ ਹੀ ਖੁਸ਼ ਹੈ, ਕਹਿੰਦਾ ਕੁਲਵੀਰ ਸਿੰਘ 2006 ਸੁਣਾ ਦੇ, ਮੈਂ ਕਿਹਾ ਦਿਮਾਗ ਨੀ ਹਲੇ ਸੈੱਟ ਹੋਇਆ, ਆ ਹੁਣ ਸੈੱਟ ਹੋਇਆ, ਕਿਉਂਕਿ ਪਹਿਲਾਂ ਥੋੜਾ ਜਿਹਾ ਬਿਜ਼ੀ ਸੀਗਾ, ਕਿਉਂਕਿ ਕਈ ਗੱਲਾਂ ਵੇਖਣੀਆਂ ਹੁੰਦੀਆਂ ਜਦੋਂ ਦੰਗਲ ਸੰਪੂਰਨ ਕਰਨਾ ਹੈ, ਜਦੋਂ ਦੰਗਲ ਸਿਰੇ ਚੜਾਉਣਾ ਹੋਵੇ ਕਈ ਚੀਜ਼ਾਂ ਵੇਖਣੀਆਂ ਪੈਂਦੀਆਂ, ਕਿਉਂਕਿ ਆਹ ਕੁਸ਼ਤੀ ਵੀ ਲੋਕਾਂ ਨੂੰ ਦਿਖਾਉਣੀ ਹੋਗੀ, ਐਵੇਂ ਜੇ ਗਾਹ ਦੇ ਵਿੱਚ ਕੁਸ਼ਤੀ ਵੇਖ ਲੈਣ ਲੋਕੀ ਸਵਾਦ ਨਹੀਂ ਆਉਂਦਾ, ਕਿਉਂ ਗੱਲ ਸਹੀ ਹੈ ਨਾ, ਪਰ ਆਹ ਵੇਖ ਦੋਜੋ ਦੇ ਮੈਦਾਨ ਦੇ ਵਿੱਚ ਕਹਿੰਦੇ ਦੋ ਬੱਬਰ ਸ਼ੇਰ ਜਿੱਦ ਲੜਦੇ ਨੇ, ਇੱਕ ਪਾਸੇ ਕਹਿੰਦੇ ਫਾਰੂਕ ਹੈ ਜੰਮੂ ਦੀ ਧਰਤੀ ਦਾ ਫਾਰੂਕ, ਵਾਕਿਆ ਪਹਿਲੀ ਵਾਰ ਲੜਦਾ ਵੇਖਿਆ ਸੁਨੀਲ ਜੀਤ ਪ੍ਰੀਏ ਦੇ ਨਾਲ ਜੰਮੂ ਦੀ ਧਰਤੀ ਤੇ, ਜੰਮੂ ਦੇ ਲਾਗੇ ਕਹਿੰਦੇ ਦੰਗਲ ਹੋਇਆ, ਵਾਕਿਆ ਚੋਟੀ ਦੀ ਕੋਲੀ ਦਾ ਮਾਲਕ ਹੈ। ਦੂਜੇ ਪਾਸੇ ਸੁਮਿਤ ਵੀ ਘੱਟ ਨਹੀਂ, ਕਹਿੰਦੇ ਲੀਲਾ ਲੀਲਾ ਦੀ ਧਰਤੀ ਦਾ ਸੁਮਿਤ, ਜਿੱਥੇ ਅਮੀਰ ਖਾਨ ਕਹਿੰਦੇ ਦੰਗਲ ਫਿਲਮ ਦੀ ਸ਼ੂਟਿੰਗ ਕਰ ਰਿਹਾ ਹੈ, ਵਾਕਿਆ ਵੀ ਮਾਣ ਵਾਲੀ ਗੱਲ ਹੈ ਵੀ ਚੋਟੀ ਦੇ ਸਟਾਰ ਵੀ ਕਹਿੰਦੇ ਲੀਲਾ ਖਾੜੇ ਦੇ ਵਿੱਚ ਸ਼ੂਟਿੰਗ ਕਰਨ ਲਈ ਉੱਚੇ ਤੌਰ ਤੇ ਪੁੱਜੇ ਹੋਏ ਹੈ। ਅਮੀਰ ਖਾਨ ਦੇ ਦੰਗਲ ਫਿਲਮ ਦੀ ਜਿਹੜੀ ਸ਼ੂਟਿੰਗ ਵੀ ਕਹਿੰਦੇ ਲੀਲਾ ਖਾੜੇ 'ਚ ਹੋ ਰਹੀ ਹੈ, ਪਰ ਹੁਣ ਵੇਖਾਂਗੇ ਕਿ ਅੱਜ ਇਸ ਧਰਤੀ ਤੇ ਕੌਣ ਜਿੱਤਦਾ ਕੌਣ ਹਾਰਦਾ, ਕਿ ਤਾਕਤ ਵੀ ਹੈ ਫਕਰ ਵੀ ਹੈ ਆਪਣੀ ਮਿਹਨਤ ਪਰ, ਮਗਰ ਮੈਦਾਨੇ ਜੰਗ ਮੇ ਕੁਛ ਮਕਤਰ ਕੀ ਵੀ ਬਾਤ ਹੋਤੀ ਹੈ। ਸਮਿਤ ਇਹ ਤਾਂ ਫੈਵੀਕੋਲ ਦਾ ਚਿਹੜੇ ਮੰਨ ਲੈ ਕਹਿੰਦੇ ਜੰਮੂ ਵਾਲਿਆਂ ਦਾ, ਇਹ ਨਗੋਟਾ ਫੜ ਕੇ ਕਹਿੰਦੇ ਛੱਡਣਾ ਵਾਕਿਆ ਮੁਸ਼ਕਿਲ ਹੈ। ਇੱਕ ਮੀਤਾ ਕਾਂਜਲੀ ਵਾਲਾ ਹੋਇਆ, ਕਹਿੰਦੇ ਵਾਕਿਆ ਜਦੋਂ ਨਗੋਟੇ ਹੱਥ ਪਾਉਂਦਾ ਸੀਗਾ ਲੋਕੀ ਯਾਦ ਕਰਦੇ ਤੇ ਪੱਟਾਂ ਤੇ ਨੀਲ ਪੈ ਜਾਂਦਾ ਤੇ ਦੂਜੇ ਪਹਿਲਵਾਨ ਦੇ, ਪਰ ਜੰਮੂ ਵਾਲਿਆਂ ਦੀ ਵੀ ਖਾਸੀਅਤ ਹੈ ਕਿ ਨਗੋਟਾ ਥੋੜਾ ਛੱਡਦੇ ਘੱਟੇ ਐਂ ਜੇ ਫੜ ਲੈਣ, ਕਿਉਂ ਬਣੀਏ ਅੱਧਰ ਬਣੀਆ ਵੀ ਅੱਜ ਮੁੱਛਾਂ ਨੂੰ ਵੱਟ ਚਾੜਦਾ। ਵਾਕਿਆ ਸਾਰੇ ਪਹਿਲਵਾਨ ਚੋਟੀ ਦੀਆਂ ਕੁਸ਼ਤੀਆਂ ਹੋਣੀਆਂ ਜਿਸ ਧਰਤੀ ਤੇ, ਕਿਉਂਕਿ 30 ਪਹਿਲਵਾਨਾਂ ਦੀ ਸੂਚੀ ਜਿਹੜੀ ਲਿਸਟ ਮੈਂ ਵੇਖੀ, ਮੈਨੂੰ ਪਤਾ ਵੀ ਜੇ ਕਿਤੇ ਕੁਸ਼ਤੀਆਂ ਸਾਰੀ ਸਹੀ ਹੋ ਗਈਆਂ ਤਾਂ ਕੁਸ਼ਤੀਆਂ 15 ਦੀਆਂ 15 ਹੀ ਟੌਪ ਦੀਆਂ ਹੋਣੀਆਂ। ਆ ਹੁਣ ਮੈਦਾਨ ਦੇ ਵਿੱਚ ਵਾਕਿਆ ਕਹਿੰਦੇ ਪੂਰੇ ਦਿਮਾਗ ਨਾਲ ਜਿਹੜੀ ਕੁਸ਼ਤੀ ਲੜੀ ਜਾ ਰਹੀ ਹੈ, ਦਿਮਾਗ ਜਾਨ ਪੂਰਾ ਵਰਤਿਆ ਜਾ ਰਿਹਾ। ਇੱਕ ਵਾਰ ਤਾੜੀਆਂ ਲਾਓ, ਇਹ ਫਾਰੂਕ ਹੈ ਜੰਮੂ ਵਾਲਾ ਮੈਦਾਨ ਦੇ ਵਿੱਚ ਉੱਪਰਲੇ ਪਾਸੇ, ਅਕਰਮ ਵੀ ਪੁੱਜਿਆ ਹੋਇਆ, ਬੋਬਰੀ ਤਿਆਰ ਹੋ ਜਾ ਵਿਕਾਸ, ਖੰਨੇ ਵਾਲਾ ਵਿਕਾਸ ਤਿਆਰ ਹੋ ਜਾਵੇ, ਨਾਲ ਦੀ ਨਾਲੇ ਕੁਸ਼ਤੀ ਜਿਹੜੀ ਇਹ ਹੋਣੀ ਹੈ ਉਹ ਵੀ ਪਹਿਲਵਾਨ ਤਿਆਰ ਹੋ ਜਾਵੇ। ਕਹਿੰਦੇ ਵਿਕਾਸ ਵੀ ਬੰਦਾ ਧਨੰਤਰ ਹੈ ਪਰ ਨਾਲ ਕੁਸ਼ਤੀ ਜਿਹੜੀ ਬੋਬਰੀ ਦੇ ਹੋਣੀ ਹੈ। ਉਧਰ ਰਤਪ੍ਰਿਆ ਲਾਲ ਸਿੰਘ ਪੁੱਜਿਆ ਹੋਇਆ,
ਅਨਵਿੰਨੇ ਕੀ ਜਨੂ ਆਖਦੇ ਆ ਪਰ ਮੈਦਾਨ ਦੇ ਵਿੱਚ ਕੁਰਸੀ ਜਿਹੜੀ ਤੱਕਣ ਯੋਗ ਹੈ ਪੂਰਾ ਜ਼ੋਰ ਲਾਇਆ ਜਾ ਰਿਹਾ ਮੈਦਾਨ ਦੇ ਵਿੱਚ ਨਹੀਂ ਹੋ ਰਹੀ ਸਾਂ ਹਵਾ ਕਿ ਤੱਕਣ ਯੋਗ ਹੈ ਕੁਸ਼ਤੀ ਕਿ ਮੱਝਾਂ ਸਾਲ ਸਾਲ ਚੁੰਗੀਆਂ ਨੇ ਬੋਰੀਆਂ ਕਿ ਮੱਝਾਂ ਸਾਲ ਸਾਲ ਚੁੰਗੀਆਂ ਨੇ ਬੋਰੀਆਂ ਮਾਂ ਨੇ ਕੁੱਟ ਕੁੱਟ ਕੇ ਖਵਾਈਆਂ ਮੈਨੂੰ ਚੋਰੀਆਂ ਜਦੋਂ ਲਾਈਦਾ ਗਰਾਊਂਡ ਵਿੱਚ ਗੇੜਾ ਐਵੇਂ ਦੀ ਤਰੀਫਾਂ ਹੁੰਦੀਆਂ ਕਿ ਨਾ ਬੋਲ ਦਾ ਸਪੀਕਰਾਂ ਚ ਮੇਰਾ ਐਵੇਂ ਦੀ ਤਰੀਫਾਂ ਹੁੰਦੀਆਂ ਇੱਕ ਵਾਰ ਫਿਰ ਤੋਂ ਤਾੜੀਆਂ ਲਾ ਦਿਓ ਕਹਿੰਦੇ ਹੇਠੋਂ ਨਿਕਲਣਾ ਬੜਾ ਔਖਾ ਏ ਲਾ ਦੋ ਤਾੜੀਆਂ ਜ਼ੋਰਦਾਰ ਉਧਰ ਚਾਬੀਆਂ ਵਾਲਾ ਜਸਵਿੰਦਰ ਵੀ ਪੁੱਜ ਗਿਆ ਤੇ ਨਾਲ ਹੀ ਕਹਿੰਦੇ ਇੱਧਰ ਕੁਸ਼ਤੀ ਹੰਬ ਗਿਆ ਪੰਜ ਮਿੰਟ ਦਾ ਸਮਾਂ ਪੰਜ ਮਿੰਟ ਦਾ ਸਮਾਂ ਕਹਿੰਦੇ ਕੁਸ਼ਤੀ ਦਿੱਤਾ ਇਹ ਵੀ ਨੋਟ ਕਰਦੇ ਆਇਓ ਤੇ ਨਾਲ ਹੀ ਅਗਲੀ ਕੁਸ਼ਤੀ ਲੱਖਾ ਜਨਾਲਾ ਮੋਲੂ ਟਗੜਾ ਇਹ ਵੀ ਪਹਿਲਵਾਨ ਤਿਆਰ ਤਿਆਰ ਰਹਿਣਗੇ ਇੱਕ ਇੱਕ ਜਿਹੜੀ ਛੋਟੀ ਕੁਸ਼ਤੀ ਨਾਲ ਲਾਉਣੀ ਪੈਣੀ ਕੁਸ਼ਤੀਆਂ ਬਹੁਤ ਹੈ ਇਸ ਗੱਲ ਦਾ ਧਿਆਨ ਦੇ ਲੱਖਾ ਜਨਾਲਾ ਤੇ ਮੋਨੂ ਟਗੜਾ ਇਹ ਪਹਿਲਵਾਨ ਆਪਣੀ ਜਗ੍ਹਾ ਤੇ ਤਿਆਰ ਰਹਿਣਗੇ ਜਦੋਂ ਸੁਮਿਤ ਵਾਲੀ ਕੁਸ਼ਤੀ ਖਤਮ ਹੋਏਗੀ ਉਹਦੇ ਨਾਲ ਹੀ ਵਿਕਾਸ ਖੰਨਾ ਤੇ ਬਹੁਵਰੀ ਪਹਿਲਵਾਨ ਜੰਮੂ ਇਹ ਬਿਲਕੁਲ ਤਿਆਰ ਤੋਂ ਤਿਆਰ ਰਹਿਣਗੇ ਕਹਿੰਦਾ ਸੂਰਜ ਵੀ ਅੱਗ ਬਰਸਾਵੇ ਧੁੱਪਾਂ ਜੇ ਤੇ ਹਰਦੀਆਂ ਕਿ ਸੂਰਜ ਵੀ ਅੱਗ ਬਰਸਾਵੇ ਧੁੱਪਾਂ ਜੇ ਤੇ ਹਰਦੀਆਂ ਤਪਦੀ ਜਿਵੇਂ ਤੰਦੂਰੀ ਰੋਟੀ ਇੰਜ ਪਿੰਡੇ ਨੂੰ ਸਾੜਦੀਆਂ ਉਹ ਮਾਗ ਵਿੱਚ ਛੱਡਿਆ ਯਾਰੋ ਨਿਗਰ ਜਾਈਆਂ ਦਾ ਸੁੱਖੀ ਕੱਕਰ ਵਾਲੇ ਵੇਖ ਲੈ ਮੁੱਲ ਮਿਹਨਤਾਂ ਲਾਈਆਂ ਦਾ ਉਧਰ ਨੋਲਤੇ ਵਾਲਾ ਹੈਪੀ ਉੱਪਰਲੇ ਪਾਸੇ ਹੈ ਪਰ ਇੱਧਰ ਬਾਬਰੀ ਇੱਧਰ ਫਰਕ ਫਿਰ ਤੋਂ ਉੱਪਰਲੇ ਪਾਸੇ ਹੈ ਜਿਹੜੀ ਬਾਬਰੀ ਬਾਬਰੀ ਵਾਲੀ ਕੁਸ਼ਤੀ ਦੀ ਹੱਥ ਜੋੜੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਰਦੀਪ ਚੌਧਰੀ ਸਾਹਿਬ ਉਹ ਵੀ ਕਹਿੰਦੇ ਉਚੇਚੇ ਤੌਰ ਤੇ ਪੁੱਜੇ ਹੋਏ ਨੇ ਸੰਡੋਲੀ ਵਾਲੇ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਨਾ ਪਹਿਲਵਾਨਾਂ ਨੂੰ ਆਸ਼ੀਰਵਾਦ ਹੈਗੀ ਇਹ ਵੀ ਨੋਟ ਕਰਦੇ ਆਇਓ ਜਾਂ ਸਰਜੀਤ ਚੌਧਰੀ ਜੀ ਮੇਰੀ ਆਵਾਜ਼ ਸੁਣਦੇ ਆ ਪਲੀਜ਼ ਇਹ ਗੱਲ ਨੋਟ ਕਰਿਓ ਅਗਲੀ ਕੁਸ਼ਤੀ ਦੀ ਜਿਹੜੀ ਹੱਥ ਜੋੜੀ ਤੁਸੀਂ ਕਰਵਾਉਣੀ ਤੁਹਾਡੀ ਟੀਮ ਨੇ ਕਰਵਾਉਣੀ ਹੈ ਇਹ ਵੀ ਨੋਟ ਕਰਦੇ ਆਇਓ ਲਓ ਮੈਦਾਨ ਦੇ ਵਿੱਚ ਚੱਲਦੀਆਂ ਹੋਈਆਂ ਦੋ ਕੁਸ਼ਤੀਆਂ ਇੱਕ ਪਾਸੇ ਨੋਟੇ ਵਾਲਾ ਹੈਪੀ ਉਧਰ ਕਹਿੰਦੇ ਫਾਰੂਕ ਜੰਮੂ ਵਾਲਾ ਉਧਰਲੇ ਪਾਸੇ ਹੇਠਲੇ ਪਾਸੇ ਸਮਿਤਾ ਲੀਲਾ ਵਾਲਾ ਜੋਰ ਪੂਰਾ ਲਾਉਂਦਾ ਹੈ ਪਰ ਦੂਜੇ ਪਾਸੇ ਵੀ ਗੱਭਰੂ ਚ ਕਹਿੰਦੇ ਪੂਰੀ ਜਾਨ ਹੈ ਸਰੀਰ ਵੇਖੋ ਜਦੋਂ ਪਹਿਲਾਂ ਸਲਾਮੀਆਂ ਦਵਾਈਆਂ ਕਿਸੇ ਨੇ ਤਾੜੀ ਨਹੀਂ ਮਾਰੀ ਏਡੀ ਪਰ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਤਾ ਵੀ ਇਹ ਸ਼ਾਇਆ ਹੈ ਪਹਿਲਵਾਨੀ ਪਹਿਲਵਾਨੀ ਇਹ ਤਾਂ ਪਤਾ ਨੀ ਆਵਾ ਕਿ ਘੋਲੀ ਇਹਨਾਂ ਦੀ ਅੰਤ ਨੀ ਹੈਗਾ ਵਾ ਕਿ ਬੜੀ ਪਿਆਰੀ ਘੋਲੀ ਦੇ ਮਾਲਕ ਨੇ ਸਾਰੀ ਪਹਿਲਵਾਨੀ ਜੰਮੂ ਵਾਲੇ ਵਾ ਕਿਆ ਬੜੀ ਛੋਟੀ ਦੀ ਘੋਲੀ ਦੇ ਮਾਲਕ ਨੇ ਲੜਾਂ ਤੇ ਪਹਿਲਵਾਨ ਲੋ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਸਮੇਤ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਪਰ ਨਹੀਂ ਹੋ ਰਹੀ ਸਾਂ ਮੈਦਾਨ ਦੇ ਵਿੱਚ ਕੁਸ਼ਤੀ ਕਹਿੰਦੇ ਵਾ ਕਿ ਫਸੀ ਪਈ ਹੈ ਉਧਰ ਲਤੀਫ ਵੀ ਕਹਿੰਦੇ ਪੂਰਾ ਖੁਸ਼ ਹੈ ਜੰਮੂ ਵਾਲਾ ਲਤੀਫ ਵੀ ਪੁੱਜਿਆ ਹੋਇਆ ਵਾ ਕਿ ਉਹ ਵੀ ਪੂਰਾ ਖੁਸ਼ ਹੈ ਬਾਹਮਣੇ ਵਾਲਾ ਗੁਰਦੀਪ ਪੁੱਜਿਆ ਹੋਇਆ ਵੱਡਾ ਪ੍ਰਮੋਟ ਕਰਦੇ ਨੇ ਮੀਡੀਆ ਦੇ ਜ਼ਰੀਏ ਕੋਈ ਵਟਸਐਪ ਦੇ ਜ਼ਰੀਏ ਕੋਈ ਫੇਸਬੁੱਕ ਦੇ ਜ਼ਰੀਏ ਕੁਸ਼ਤੀ ਨੂੰ ਵੱਡਾ ਪ੍ਰਮੋਟ ਕੀਤਾ ਜਾ ਰਿਹਾ ਇਹਨਾਂ ਵੀਰਾਂ ਵੱਲੋਂ ਉਹ ਵੀ ਸਾਰੇ ਚੇਚੇ ਦਰ ਤੇ ਪੁੱਜੇ ਹੋਏ ਨੇ ਪ੍ਰੀਤ ਸਿੰਘਾ ਕਹਿੰਦੇ ਦੁਬਈ ਵਾਲਾ ਉਹ ਵੀ ਉਚੇਚੇ ਦਰ ਤੇ ਪੁੱਜਿਆ ਹੋਇਆ ਜੇ ਕਿਤੇ ਪੰਜਾਬੀਆਂ ਦੇ ਕਹਿੰਦੇ ਪੇਜ ਜਿਹੜਾ ਚਲਾਉਂਦਾ ਉਹ ਵੀ ਵੀਰ ਉਚੇਚੇ ਦਰ ਤੇ ਪੁੱਜਿਆ ਹੋਇਆ ਉਧਰ ਕਹਿੰਦੇ ਸਰਜੀਤ ਦੇ ਪਾਲਧਾਰੇ ਮਿੱਤਰਾਂ ਦੇ ਵਿੱਚੋਂ ਸੈਲਫੀ ਕੀ ਗਏ ਦਾਰਾ ਕਢਵਾਏ ਤੇ ਉਚੇਚੇ ਦਰ ਤੇ ਪੁੱਜਿਆ ਨਿੱਕੇ ਜਿਹਾ ਨੂੰ ਆਪਦੀ ਸਵਾਗਤ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਪਤਾ ਕੁਛ ਨਹੀਂ ਲੱਗਣਾ ਇੱਕ ਪਹਿਲਵਾਨ ਕਿਸ਼ ਹੈ ਇਹ ਫਰਕ ਹੁੰਦਾ ਹੈ ਨਾ।